ਆਹੀ ਹੈ ਜੀ ਵਿਲੇਜ ਲਾਈਫ, ਮਜ਼ੇਦਾਰ ਲਾਈਫ ਹੈ, ਇਸ ਤਰ੍ਹਾਂ ਲਾਈਫ ਗੁਜ਼ਾਰੀ ਜਾਂਦੀ ਇੱਥੇ। ਅਤੇ ਝੱਸਾਂ ਨਹੀਂ ਆ ਜਾਂਦੀਆਂ, ਇਹ ਦੇਖ ਲਓ ਜਾਨਵਰਾਂ ਨਹੀਂ, ਅਗਲਿਆਂ ਨੇ ਮਕਾਨ ਕਿੱਡੇ ਸ਼ਾਨਦਾਰ ਬਣਾਏ ਮਾਸ਼ਾ ਅੱਲਾਹ। ਜਿਹੜਾ ਇਹਦੇ ਅੰਦਰ ਵੜ ਕੇ ਦੇਖਣਾ ਵਾ ਤੁਹਾਨੂੰ ਮਜ਼ਾ ਆ ਜਾਏਗਾ ਸਾਹ ਜੀ, ਇੱਦਾਂ ਹੋਏਗਾ ਜਿੱਦਾਂ ਨਿੱਘਾ। ਆਹ ਦੇਖ ਲੈ ਵੀ ਲੈ, ਇਹ ਜੋ ਭੈਂਸਾਂ ਦਾ ਘਰ। ਵਿਲੇਜ ਲਾਈਫ ਇਜ਼ ਦੀ ਬੈਸਟ ਲਾਈਫ ਇਨ ਦੀ ਵਰਲਡ। ਲਓ ਜੀ ਇੱਥੇ ਭੋਰਾ ਨਹੀਂ ਪਤਾ ਵੀ ਇੱਥੇ ਠੰਡ ਵੀ ਹੋਏਗੀ ਮਾਸ਼ਾ ਅੱਲਾਹ, ਹੈ ਨਾ। ਇਹ ਮਾਹੌਲ ਜਨਾਬ ਏਡਾ ਮਜ਼ੇਦਾਰ ਪਿਆ, ਆਹ ਦੇਖੋ ਆਹ ਜਾਨਵਰ ਰੱਖੇ ਆ। ਵੀ ਆਈ ਪੀ ਮਾਹੌਲ ਇੱਥੇ, ਲੋਕ ਅਤੇ ਇੰਜੋਇਮੈਂਟ ਦਾ ਮਾਹੌਲ। ਅਸੀਂ ਹੁਣ ਇੱਥੇ ਛੋਲੇ ਬੀਜੇ ਆ, ਤੁਹਾਨੂੰ ਉਹਨਾਂ ਦਾ ਦੱਸਣਾ ਛੋਲਿਆਂ ਨੂੰ ਕਿੱਦਾਂ ਗੁੱਡਿਆ ਜਾਂਦਾ ਅਤੇ ਕਿੱਦਾਂ ਮਾਹੌਲ ਬਣਾਇਆ ਜਾਂਦਾ, ਕਿਸਾਨ ਕਿੰਨੀ ਮਿਹਨਤ ਕਰਦਾ ਰਾਤ ਦਿਨ ਸਰਦੀ ਗਰਮੀ। ਅਤੇ ਨਾਲ ਮੈਂ ਕਿਹਾ ਦੋਸਤਾਂ ਨੂੰ, ਆਪਣੇ ਪੰਜਾਬੀ ਫੂਡ ਲਵਰ ਚੈਨਲ ਦੇ ਦੋਸਤਾਂ ਨੂੰ ਥੋੜ੍ਹਾ ਜਿਹਾ ਇੰਟਰਟੇਨਮੈਂਟ ਵੀ ਕਰੀਏ, ਨਾਲ ਦੱਸੀਏ ਇਹ ਕਿਹੜੀ ਚੀਜ਼ ਬੀਜੀ ਹੈ। ਗੰਦਮ ਬੇਟਾ ਇੱਧਰ ਇੱਧਰ ਹੋ ਜਾਓ, ਇਹ ਟੂਟਤੀ ਮਾਸ਼ਾ ਅੱਲਾਹ, ਇਹ ਤੋੜੋ ਤੋੜ ਗੰਦਮ ਬੀਜੀ। ਹਾਂਜੀ ਹਾਂਜੀ ਮਾਸ਼ਾ ਅੱਲਾਹ, ਅੱਛਾ ਅੱਛਾ ਅੱਛਾ, ਉਹ ਵੀ ਤੁਹਾਡਾ ਹੀ ਆ, ਉਹ ਤੁਹਾਡੀ ਜ਼ਮੀਨ ਆ ਵੀ, ਉਹ ਵੀ ਤੁਹਾਡੀ ਜ਼ਮੀਨ ਆ। ਜ਼ਮੀਨ ਸਾਰੀ ਮੇਰੀ ਆ। ਅੱਛਾ 5 ਕਿੱਲੇ ਆ ਨਾ ਉਹ, ਨਹੀਂ ਅੱਛਾ ਪੱਕੀ ਤਾਂ ਉਰੇ ਆ, ਪੱਕੀ ਤੋਂ ਲੈ ਕੇ ਉਹ ਫਾਲੇ ਤੇ 5 ਕਿੱਲੇ ਆ। ਅੱਛਾ ਅੱਛਾ ਮਾਸ਼ਾ ਅੱਲਾ, ਫਿਰ 5 ਕਿੱਲੇ ਅੱਗੇ, ਫਿਰ 5 ਕਿੱਲੇ। ਅੱਛਾ ਅੱਛਾ ਮਾਸ਼ਾ ਅੱਲਾ 15 ਕਿੱਲੇ ਆ। ਸਹੀ ਸਹੀ ਸਹੀ, ਆਈ ਹੋ ਜੀ ਬਹੁਤ ਕਾਸ਼ ਕਰਦਾ ਨਾ, ਯਾਨੀ ਕਿ ਆ ਬੀਜੇ ਨਾ ਉਹ ਮੈਂ ਬੀਜੀ ਆ, ਉਹ ਮੈਂ ਬੀਜੀ ਆ, ਉਹ ਟਿੱਪੇ ਦੇ ਮੇਰਾ ਵਾ ਮਾਸ਼ਾ ਅੱਲਾ। ਮੈਂ ਉਹ ਨਾ ਚਣੇ ਦੇ ਵਿੱਚੋਂ ਹੁਣ ਇਹਨਾਂ ਨੇ ਨਾ ਜੜੀਆਂ ਬੂਟੀਆਂ ਫਰਕ ਕਰਨੀਆਂ, ਲੇਕਿਨ ਚਣੇ ਜਿਹੜੇ ਇਸ ਜ਼ਮੀਨ ਤੇ ਹੁੰਦੇ ਆ ਨਾ, ਉਹ ਚਣੇ ਇਸ ਮਾਹੌਲ ਚ ਹੁੰਦੇ ਆ ਕਿ ਜਦੋਂ ਬਾਰਿਸ਼ ਹੋ ਗਈ ਤੇ ਚਣੇ ਹੋ ਗਏ, ਨਾ ਬਾਰਿਸ਼ ਹੋਈ ਤੇ ਚਣੇ ਫਰਕ। ਇਹ ਜਿਹੜੇ ਕਾਲੇ ਚਣੇ ਜਾਂ ਸਫੈਦ ਚਣੇ ਅਸੀਂ ਖਾਂਦੇ ਅੰਕਲ ਜੀ, ਸਫੈਦ ਚਣੇ ਵੀ ਇੱਦਾਂ ਹੀ ਆ। ਹਾਂ ਮਤਲਬ ਕਿ ਕਾਲੇ ਚਣੇ ਜਾਂ ਸਫੈਦ ਚਣੇ, ਬਾਰਿਸ਼ ਹੋਈ ਬਾਰਿਸ਼ ਤੇ ਆ ਸਾਰਾ, ਇਹ ਅੱਲਾ ਦੀ ਕੁਦਰਤ ਤੇ ਆ ਚਣਿਆਂ ਦੀ ਫਸਲ ਜਿਹੜੀ ਆ। ਜਿੱਥੇ ਜਿੱਥੇ ਬਰਾਨੀ ਇਲਾਕਿਆਂ 'ਚ, ਜਿੱਥੇ ਮਤਲਬ ਕਿ ਹਾਈਟ ਜ਼ਿਆਦਾ ਟਿੱਬਿਆਂ 'ਚ ਅਤੇ ਪਾਣੀ ਨਹੀਂ ਜਾ ਸਕਦਾ, ਜਿੱਥੇ ਪਾਣੀ ਦੀ ਗੰਗ ਹੈਗੀ ਆ ਉੱਥੇ ਪਾਣੀ ਲਾਉਂਦੇ ਰਹਿੰਦੇ ਲੋਕ, ਕਿਉਂਕਿ ਜ਼ਿਆਦਾਤਰ ਟਿੱਬਿਆਂ 'ਤੇ। ਹੁਣ ਲੋਕਾਂ ਨੇ ਨਾ ਇਹਨੂੰ ਲੈਵਲ 'ਚ ਕਰ ਲਿਆ ਆਪਣੀ ਜ਼ਮੀਨ ਨੂੰ, ਸਿਰਫ ਪਾਣੀ ਲਾਉਣ ਲਈ, ਕਿਉਂਕਿ ਚਣਿਆਂ ਦੀ ਫਸਲ ਦੀ ਐਡੀ ਕੁ ਮਤਲਬ ਕਿ ਹੋ ਰਿਹਾ ਸੀ ਇਹਨਾਂ ਨੁਕਸਾਨ, ਅਤੇ ਲੋਕਾਂ ਨੇ ਫਿਰ ਜ਼ਮੀਨ 'ਚੋਂ ਮਿੱਟੀ ਉਠਾ ਕੇ ਅਤੇ ਉਹਨਾਂ ਨੂੰ ਫਿਰ ਕੀਤਾ ਖਾਲਿਆਂ ਦੇ ਬਰਾਬਰ ਲੈਵਲ ਕੀਤਾ। ਤਾਂ ਵੀ ਪਹਿਲੇ ਟਿੱਬੇ ਹੀ ਸੀਗੇ, ਇਹ ਮਿਹਨਤ ਕਰਕੇ ਅਤੇ ਬਾਅਦ ਦੇ ਵਿੱਚ ਫਿਰ ਤੋਂ ਮਿੱਟੀ ਚੁਕਾ ਕੇ ਇਹ ਸਾਰੀ ਜ਼ਮੀਨ ਨੂੰ ਲੈਵਲ 'ਤੇ ਆਪਣੀ 'ਤੇ ਕੀਤਾ ਜੀ। ਇਹ ਦੇਖੋ ਆਹ ਮਾਸ਼ਾ ਅੱਲਾਹ ਸਾਰੀ ਗੰਦਮ ਬੀਜੀ ਆ ਜੀ ਇੱਧਰ। ਬੇਟੇ ਗੰਦਮ ਤੋੜੋ ਨਹੀਂ ਹੈ ਨਾ ਜੀ, ਇੱਦਾਂ ਮਿਹਨਤ ਕਿਸਾਨ ਕਰਦੇ ਆ, ਨਾਲ ਚਣੇ ਅਤੇ ਨਾਲ ਮਸਲਾਂ ਦੀ ਗੋਡੀ, ਕਹਿੰਦਾ ਗੋਡੀ ਕਰਨਾ ਲੱਭੀ ਜਾਣੇ ਅੰਦਰ ਪੈਰ ਕੋ ਖਵੇ ਦੇ ਕੋ ਲੱਭੀ ਜਾਣੇ ਤਾਂ ਕੱਟੀ ਜਾਣੇ। ਆ ਬੂਟਾ ਬੂਟਾ ਬਾਹਰ ਨਾ ਹਾਂ ਆ ਗੋ ਗੋ ਕੋ ਕੀਦਾ ਇਹ ਆ ਗਿਆ ਆ ਹਾਂ ਇਦਾਂ। ਲੋ ਜੀ ਲਾਬਾ ਦੂਣ ਹੈ ਨਾ, ਹੁੰਦੀਆਂ ਕਿਸਾਨ ਇੰਨੀ ਮਿਹਨਤ ਦਿੱਤੇ ਕਰਦੇ ਆ ਸਾਡੇ ਲਈ ਤੇ ਉਹਨਾਂ ਨੂੰ ਉਹਦਾ ਫਲ ਹੀ ਨਹੀਂ ਮਿਲਦਾ। ਚਲੋ ਜੀ ਅਸੀਂ ਇਨਸ਼ਾਅੱਲਾ ਖੇਤੀਬਾੜੀ ਵੀ ਆਸਤਾ ਆਸਤਾ ਸਿੱਖਾਂਗੇ, ਅੱਲਾ ਤਾਲਾ ਕੱਲ ਨੂੰ ਦੇਗਾ ਤੇ ਆਪਾਂ ਆਪਣੀ ਜ਼ਮੀਨ ਤੇ ਵਾਹੀ ਵੀ ਕਰਿਆ ਕਰਾਂਗੇ ਇਨਸ਼ਾਅੱਲਾ। ਠੀਕ ਆ ਜੀ ਚਲੋ, ਇਹ ਚਣੇ ਸੀਗੇ ਮਸਰਾਂ ਤੇ ਜਾਂਦੇ, ਹੁਣ ਤੁਹਾਨੂੰ ਮਸਰ ਵੀ ਦਿਖਾਉਂਦਾ, ਮਸਰ ਵੀ ਉੱਥੇ ਗੁੱਡਣੇ ਅਸੀਂ ਮਸਰਾਂ ਤੇ, ਠੀਕ ਆ ਨਾ। ਆ ਜਾਓ ਆਪਾਂ ਚੱਲੀਏ ਮਸਰ, ਬਸ ਠੀਕ ਹੈ ਬੇਟੇ ਬਣਾ ਲਈ ਤੋ, ਆ ਜਾਓ ਹੁਣ। ਚਲੋ 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 ਲੈਨ ਬਣਾ ਕੇ ਹਈ ਆ ਜਾਨਵਰ ਬੰਨੇ ਆ, ਡੋਗੀ ਡੋਂਕੀ ਬੱਕਰੀਆਂ ਬੱਕਰੇ ਐਵਰੀਥਿੰਗ ਇਜ਼ ਅਵੇਲੇਬਲ ਇਨ ਦਿਸ ਪਲੈਨਟ। ਸੂਰਜ ਡੂਬ ਰਿਹਾ ਹੈ, ਗਰੂਬ ਹੋ ਰਿਹਾ ਹੈ। ਚੰਗਾ ਕੀਤਾ। ਆਹ ਦੇਖੋ ਜੀ ਆਹ ਮਸਰ ਬੀਜੇ ਆ, ਇਹ ਮਸਰਾਂ ਦੇ ਵਿੱਚ ਸ਼ਕਰੀ ਮਸੰਮੀ ਇਹਨੂੰ ਕਿਹਾ ਜਾਂਦਾ, ਮਸੰਮੀ ਜਿਹੜਾ ਅਸੀਂ ਮਸੰਮੀ ਦਾ ਜੂਸ ਪੀਂਦੇ, ਇਹਦਾ ਬਾਗ ਅਸੀਂ ਲਾਇਆ ਜਨਾਬ, ਠੀਕ ਹੈ ਨਾ। ਇਹ ਬਾਗ ਲੱਗ ਗਿਆ ਮਾਸ਼ਾ ਅੱਲਾਹ, ਵੀ ਆਈ ਪੀ ਮਾਹੌਲ ਮਾਸ਼ਾ ਅੱਲਾਹ। ਦੇਖੋ ਨਾ ਜ਼ਿੰਦਗੀ ਇਹ ਸਹੀ ਲਾਈਫ ਆ,
ਠੀਕ ਹੈ ਜੀ। ਇਹ ਮਾਸ਼ਾਅੱਲਾ ਬੜਾ ਮਜ਼ਾ ਆਉਂਦਾ ਸਰਕਾਰ ਇੱਥੇ ਆ ਜਦੋਂ ਆਈਦਾ ਨਾ, ਜ਼ਿੰਦਗੀ ਖੁਸ਼ ਹੁੰਦੀ। ਆਹ ਨਾਲ ਦੇ ਵੀ ਆ ਤੁਹਾਡੇ ਹੀ ਆ ਆਪਣੇ ਹੀ ਆ। ਅੱਛਾ ਇਹ ਵੀ ਮਾਸ਼ਾਅੱਲਾ ਆਪਣੇ ਨਾਲ ਹਾਗ ਹੀ ਆ ਬੀਜਿਆ, ਗੋਂਗਲੂ ਆ, ਕਨੋਲਾ, ਸਰੋਂ। ਇਹ ਮਸਰ ਆ ਜੀ ਜਿਹੜੇ ਅਸੀਂ ਦੇਸੀ ਪਕਾਈਦੇ ਤਾਂ ਖਾਈਦੇ। ਇਹ ਵਿਲੇਜ ਲਾਈਫ ਆ, ਇੰਟਰਟੇਨਮੈਂਟ ਵਾਲੀ ਲਾਈਫ ਹੈ। ਦੇਖੋ ਇਹ ਸ਼ਕਰੀ ਮਸੰਮੀ ਆ ਜੀ, ਮਸੰਮੀ ਦਾ ਬੂਟਾ। ਇਹ ਤੋੜ ਬਾਗ ਲੱਗਾ ਹੋਇਆ ਮਾਸ਼ਾਅੱਲਾ ਪੂਰੇ ਕਿੱਲੇ 'ਚ, ਇਹਦੇ 'ਚ ਵੀ ਲੱਗਾ, ਇਹਦੇ 'ਚ ਇਹਨਾਂ ਦੋਵਾਂ 'ਚ। ਇਹ ਮਸਰ ਨਾਲ ਬੀਜਤੇ ਆ, ਜਿੰਨੀ ਦੇਰ ਨੂੰ ਬਾਗ ਤਿਆਰ ਹੋਣਾ ਉੰਨੀ ਦੇਰ ਹੋਰ ਨਾਲ ਫਸਲਾਂ ਲਈ ਜਾਣੀਆਂ, ਉੰਨੀ ਦੇਰ ਤੱਕ ਬੱਚੇ ਇੰਜੋਏ ਕਰ ਰਹੇ ਆ। ਠੀਕ ਹੈ ਨਾ, ਇੱਦਾਂ ਬੱਚਿਆਂ ਨੂੰ ਇੱਧਰ ਜਾਣਾ ਆਪਣੇ ਤਾਂ ਬੇਟੇ ਆਪ ਆ ਜਾਓ, ਜੇ ਲਓ ਛਲਾਂਗ ਲਗਾ ਕੇ। ਇਸ 'ਤੇ ਚੋਟ ਨਹੀਂ ਲੱਗਤੀ, ਇਸ ਕਾ ਫਾਇਦਾ ਇਹ ਹੈ, ਚੋਟ ਨਹੀਂ ਲੱਗਤੀ, ਛਾਲ ਲਗਾਓ, ਝੱਸਾਂ ਲਓ, ਝੱਸਾਂ ਇੰਜੋਏ ਕਰੋ। ਲਓ ਜੀ ਗੋਡੀਆਂ ਸ਼ੁਰੂ ਹੋ ਗਈਆਂ, ਇਹ ਕਿਸਾਨਾਂ ਦੀ ਮਿਹਨਤ ਰੰਗ ਲੈ ਕੇ ਆਏ ਗਏ। ਠੀਕ ਹੈ ਜੀ, ਹੈਲੋ ਜੀ। ਉਹ ਦੇਖੋ ਕਿਹੜਾ ਵਾ ਇਹ, ਇਹ ਡੱਡੂ ਖਾਣਾ ਵਾ। ਆਹ ਡੱਡੂ ਖਾਣ 'ਤੇ ਆਏ, ਹਮਲੇ ਕਰਨੇ ਨੇ। ਉਹ ਖੜ੍ਹਾ ਹੋ ਗਿਆ ਇੱਕ ਜਗ੍ਹਾ 'ਤੇ, ਆਹ ਦੇਖਿਆ ਸ਼ਿਕਾਰ, ਸ਼ਿਕਾਰੀ ਸ਼ਿਕਾਰ ਲਈ ਤਿਆਰ ਹੋ ਗਿਆ ਹੈ। ਇਹ ਹੁਣ ਬਿਲਕੁਲ ਆਪਣੇ ਸ਼ਿਕਾਰ ਦੀ ਤਲਾਸ਼ ਦੇ ਵਿੱਚ, ਇੱਕੋ ਜਗ੍ਹਾ 'ਤੇ ਹੁਣ ਇੱਥੇ ਨਾ ਥੇਲੇ ਨੂੰ ਦੇਖੀ ਜਾ ਰਿਹਾ। ਇਹ ਉਹ ਨਜ਼ਰ ਆਇਆ ਨਹੀਂ ਆ, ਇਹ ਆ ਗਿਆ, ਇਹ ਦੇਖੋ ਇੱਥੇ ਹੈਗਾ, ਲੱਭ ਰਿਹਾ ਚੂਹਾ, ਛੋਹਾ, ਡੱਡੂ, ਜੋ ਵੀ ਚੀਜ਼ ਨਜ਼ਰ ਆਈ ਖਾਣ। ਇਹ ਉਹ ਨਹੀਂ ਨਜ਼ਰ ਆਇਆ, ਫਿਰ ਆ ਗਿਆ ਅੱਗੇ। ਇਹ ਸਰਚ ਦੇ ਵਿੱਚ ਆ ਜੀ, ਇਹਨੇ ਹੁਣ ਆਪਣਾ ਸ਼ਿਕਾਰ ਇੱਥੋਂ ਲੱਭ ਕੇ ਲਿਜਾਣਾ ਲਾਜ਼ਮੀ ਆ। ਇਹ ਦੇਖੋ ਇਹ ਆ ਗਿਆ ਲਾਗੇ, ਤੁਹਾਨੂੰ ਲਾਗੇ ਹੋ ਗਏ ਦਿਖਾਵਾਂ ਜੇ ਦਿਖਾਵਾਂ। ਇਹ ਜਿਹੜੇ ਸਾਡੇ ਲੋਕਾਂ ਦੋਸਤਾਂ ਦੇ ਪਰਿੰਦੇ ਪਰੁੰਦਿਆਂ ਨੂੰ ਵੀ ਫੜ ਲੈਂਦੇ ਇਹ। ਇਹ ਦੇਖੋ ਇਹ ਅੱਜ ਸ਼ਿਕਾਰ ਦੇਖਣਾ ਵੀ, ਇਹ ਸ਼ਿਕਾਰ ਕਰ ਲੈਂਦਾ ਕਿ ਨਹੀਂ। ਉਹ ਗਿਆ ਜੀ, ਨਹੀਂ ਬਈ ਲੰਘ ਗਿਆ, ਲੱਗਦਾ ਨੀਵਾਂ ਹੋ ਗਿਆ ਸ਼ਾਇਦ ਕਿਤੇ, ਨਹੀਂ ਉਹ ਚਲਾ ਗਿਆ, ਉਹ ਡਰ ਗਿਆ ਸਾਡੇ ਕੋਲੋਂ, ਡਰ ਗਿਆ ਭਾਅ ਜੀ ਸਾਡੇ ਕੋਲ ਡਰ ਗਿਆ ਜੀ, ਸਾਡੇ ਕੋਲ ਡਰ ਕੇ ਚਲਾ ਗਿਆ ਦੂਰ। ਚਲੋ ਇੰਜੋਏ ਕਰੋ ਜੀ। ਹਾਂਜੀ ਇਹ ਦੇਸੀ ਲਾਈਫ, ਦੇਸੀ ਮਾਹੌਲ, ਸਾਗ ਪਕੌੜੇ ਦੇ। ਉਹ ਮੇਰੀ ਬੇਟੀ ਡਿੱਗੀ ਥੱਲੇ ਦੇਖ ਲਓ, ਲੇਕਿਨ ਇਹ ਰੇਤਲਾ ਇਲਾਕਾ, ਇੱਥੇ ਸੱਟ ਲੱਗਣ ਦੀ ਟੈਨਸ਼ਨ ਨਹੀਂ ਹੈਗੀ, ਜਿੱਦਾਂ ਮਰਜ਼ੀ ਛਾਲਾਂ ਮਾਰਨ ਕੋਈ ਟੈਨਸ਼ਨ ਨਹੀਂ ਹੈਗੀ। ਹਾਂਜੀ ਅਤੇ ਜ਼ਿੰਦਗੀ ਜੀਓ ਜੀ, ਸਾਡੇ ਚੈਨਲ ਨੂੰ ਵੀ ਲਾਈਕ ਲਾਜ਼ਮੀ ਕਰੋ। ਇਨਸ਼ਾਲਾ ਇੱਦਾਂ ਦੀਆਂ ਵੀਡੀਓ ਫਿਰ ਹੀ ਮੈਂ ਬਣਾਊਂ, ਜੇ ਤੁਸੀਂ ਮੈਨੂੰ ਲਾਈਕ ਕਰੋਗੇ ਤਾਂ ਮੈਂ ਜ਼ਰੂਰ ਇਨਸ਼ਾਲਾ ਵੀਡੀਓਜ਼ ਨਵੀਆਂ ਬਣਾਊਂਗਾ ਇਨਸ਼ਾਲਾ। ਫਿਰ ਹੋ ਸਕਦਾ ਆਪਾਂ ਵੀ ਇੱਥੇ ਕੁੱਲੀ ਬਣਾ ਕੇ ਇੱਥੇ ਗਿਫਟ ਹੋ ਕੇ ਵੀਡੀਓ ਬਣਾਇਆ ਕਰੀਏ ਤੁਹਾਡੇ ਲਈ, ਨਾਲ ਫਿਰ ਕਿਸਾਨਾਂ ਵਾਲੇ ਕੰਮ ਕਰਿਆ ਕਰਾਂਗੇ। ਠੀਕ ਹੈ ਨਾ, ਹਾਂਜੀ ਇਹਨੂੰ ਕਹਿੰਦੇ ਗੋਡੀ ਕਰਨਾ, ਗੋਡੀ ਕਰਨਾ। ਇਹ ਦੇਖੋ ਵਿੱਚ ਲੱਭ ਲੱਭ ਗਿਆ ਨਾ ਬੂਟੀਆਂ, ਉਹਨੂੰ ਵੱਢਣਾ। ਆਹ ਦੇਖੋ ਐਕਸਟਰਾ ਜਿਹੜੀਆਂ ਬੂਟੀਆਂ ਸਾਰੀਆਂ ਵਿੱਚੋਂ ਕੱਢ ਦੇਣੀ। ਪਾਕਿਸਤਾਨ 'ਚ ਹਜੇ ਉਹ ਜਦੀਦ ਟੈਕਨੋਲੋਜੀ ਦਾ ਨਹੀਂ ਨਾ ਹੈਗਾ ਨਿਜ਼ਾਮ, ਲੇਕਿਨ ਇਹ ਮਜ਼ਾ ਵੀ ਤਾਂ ਹੀ ਆ ਜੇ ਖਾਦਾਂ ਤੋਂ ਬਗੈਰ ਹੋਵੇ, ਲੇਕਿਨ ਜ਼ਮੀਨਾਂ ਹੀ ਹੁਣ ਖਾਦਾਂ ਦੀਆਂ ਮੁਹਤਾਜ ਹੋ ਗਈਆਂ। ਮਸਰਾਂ ਦੀ ਫਸਲ ਆ, ਕੁਦਰਤ ਦਾ ਨਿਜ਼ਾਮ ਆ, ਜਿਹੜੀ ਫਸਲ ਨੂੰ ਬੀਜਦੇ ਹਾਂ ਉਹਦੇ ਨਾਲੋਂ ਜ਼ਿਆਦਾ ਜਿਹੜੀ ਫਸਲ ਨਹੀਂ ਬੀਜੀ ਹੁੰਦੀ ਉਹ ਜ਼ਿਆਦਾ ਆ ਜਾਂਦੀ, ਜੜੀਆਂ ਬੂਟੀਆਂ ਜ਼ਿਆਦਾ ਆ ਜਾਂਦੀਆਂ। ਚਲੋ ਚਲੋ ਉਹ ਉਧਰ ਸੇ ਦੌੜ ਲਗਾਓ, ਦੇਖਤੇ ਕੌਣ ਜਿੱਤਦਾ। ਚਲੋ ਇੱਧਰ ਸੇ, ਇੱਧਰ ਸੇ, ਇੱਧਰ ਸੇ, ਇੱਧਰ ਖੜੀ ਹੋ ਜਾਓ ਜ਼ੈਨਬ, ਆ ਜਾਓ ਅੱਗੇ, ਅੱਗੇ ਅੱਗੇ ਆ ਜਾਓ, ਖੜਾ ਹੋ ਅਬਦੁੱਲਾ ਦੀ ਤੇਰਾ, ਇੱਥੇ ਖੜੇ ਹੋ ਜਾਓ, ਉਹ ਜਿੱਥੇ ਮੈਂ ਖਲੋਣਾ ਉੱਥੇ ਤੁਸੀਂ ਆਉਣਾ। ਠੀਕ ਆ ਜੀ, ਦੌੜ ਲਵਾਤੀ ਜੀ। ਓਏ ਇਹ ਦੇਖੋ ਰੇਤਲੇ ਖੂਹ, ਰੇਤਲੇ ਇਲਾਕੇ, ਉੱਥੇ ਖੜੇ ਰਹੋ, ਜਦੋਂ ਮੈਂ ਕਹੂੰ ਉਦੋਂ ਆਉਣਾ, ਮੇਰੇ ਕੋਲ ਜਿਹੜਾ ਪਹਿਲੇ ਆਇਆ ਉਹ ਜਿੱਤ ਗਿਆ। ਲਓ ਜੀ ਚਲੋ 1 2 3 ਪੀੜ ਕੇ ਸਾਥ, ਮੈਂ ਕੇ ਸਾਥ, ਔਰ ਮੇਰੇ ਪਾਸ ਪਹੁੰਚ ਗਏ ਆ ਪਹਿਲੇ, ਔਰ ਬਰਾਬਰ ਕੇ ਸਾਥ ਹੀ ਪਹੁੰਚੇ ਹੈ, ਕੋਈ ਹਾਲ ਨਹੀਂ। ਅਬਦੁੱਲ ਆਦੀ ਆਪ ਹਾਰ ਗਏ, ਮਿੱਟੀ ਖਾ ਰਹੇ ਹੋ, ਔਰ ਜ਼ੈਨਬ ਸੈਕਿੰਡ ਨੰਬਰ 'ਤੇ ਆਈ, ਫੈਕਾ ਪਾ ਕੇ ਆਓ ਜਲਦੀ, ਤੀਸਰੇ ਨੰਬਰ 'ਤੇ ਫੈਕਾ ਆ ਚੁੱਕੀ ਹੈ ਜਨਾਬ। ਅੱਲਾ ਨਹੀਂ ਬਰਾਬਰ, ਤੁਸੀਂ ਜਿੱਤੇ ਨਹੀਂ, ਸਾਹ ਮੈਨੂੰ ਚੜ ਗਿਆ, ਉਹ ਫੈਕਾ ਭੱਜ ਗਈ ਸਾਰਿਆਂ ਅੱਗੇ।